ਅਸੀਂ ਕਿਹੜੀ ਰੋਡਾ ਜਾਣਾ ਚਾਹੀਦਾ, ਅਸਾਂ ਵੀ ਇੱਥੇ ਜਾਣਾ ਰਸਤੇ ਵਿੱਚ ਅਸਾਂ ਕੀ ਸਾਰੇ ਘੱਟੀਆਂ ਤਾਂ ਘੱਟੇ ਲੱਭੇ ਵਿੱਚ ਇੱਕ ਕੁੱਤੋ ਹੈ, ਕੁੱਤੋ ਇਹਨਾਂ ਨੇ ਕਈ ਵਾਰ ਰਖਵਾ ਲਈ, ਉਹ ਕਿੱਥੇ ਲੈ ਕੇ ਚੱਲਿਆ ਇਹਨਾਂ ਨੂੰ। ਵੈਲਕਮ ਅੰਕਰ ਬਚਲਾ ਆਖਰਾ, ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਕੋਠੀਆਂ ਬੰਗਲੇ ਜੀ ਇੱਥੇ ਨੇ ਆਵਾਮ ਨੇ, ਇਹ ਅੰਮ੍ਰਿਤ ਕਾਲ ਜਾਣਾ ਤਾਂ ਗਲੀ ਜੇ ਜਾਣੀ ਨਾ ਇੱਧਰ ਤੋਂ ਸਿੱਧੀ ਕਿਆ ਜਾਣੀ ਹੈ ਗ੍ਰਾਂ ਵਿੱਚ, ਨੌ ਗਜ਼ੀ ਕਬਰ ਇਹ ਪੂਰੇ ਡਿਡਿਆਲੀ ਮਾਰੇ ਹਲੇ, ਇਹ ਇੱਕ ਵਾਹ ਦੀ ਕਬਰ ਹੈ ਨੌ ਗਜ਼ੀ। ਦੁਆ ਮੰਗੋ ਇੱਥੇ ਕਮਯਾਬੀ ਹੋ ਜਾਣੀ। ਅਸਾਂ ਨਮਾਜ਼ ਪੜ੍ਹਨ ਵਾਸਤੇ ਮਸਲਾ ਟੰਗਿਆ ਉਹਦਾ ਦੀਵਾਰ ਲਾ ਦੀ, ਤਮੂਰੀਆਂ ਜਾਂ ਵਿੱਚ ਗੱਠੀਆਂ ਜਾਂ ਪਤਾਬ ਲਾ ਦੀ, ਆ ਗਿਆ ਉੱਥੇ ਮਸਲਾ ਲਾ ਨਮਾਜ਼ ਪੜ੍ਹਨਾ ਇੱਥੇ ਧੂਣੀ ਧੂੜੀ ਅਜੇ ਦੂਏ ਦਿਨ ਦੀਆਂ ਵਾਕਿਆ ਹੋਇਆ, ਇਹਨੇ ਅਸੀਂ ਦੱਸਿਆ ਵੀ ਆਹ ਗੱਲ ਹੋ ਗਈ ਹੈ, ਆਹਲੇ ਫਿਕਰ ਨਾ ਕਰੋ, ਇਹਨਾਂ ਨੇ ਨਾ ਮਲਵਾ ਬਣਾਇਆ, ਦੁਆ ਮੰਗੀ ਗੇ ਬਣਨ ਵਾਸਤੇ, ਯਕੀਨ ਕਰਿਆ ਜੀ ਤਮੂਰੀ ਖਤਮ ਹੋ ਗਈ ਜੀ, ਨਹੀਂ ਨਜ਼ਰ ਆਈ ਬਿਲਕੁਲ ਜੀ, ਮੈਂ ਯਕੀਨ ਹੋ ਗਿਆ ਵਾਕਿਆ ਗੱਤੀ ਇਹ ਆ ਗੱਤੀ ਹੈ। ਜੀ ਮਾਰੇ ਦੋਸਤੋ ਅਸਲਾਮ ਵਾਲੀਕੁਮ, ਉਮੀਦ ਕਰਨਾ ਸਾਰੇ ਠੀਕ ਠਾਕ ਸੋ, ਖੁਸ਼ਬਾਸ਼ ਸੋ, ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ। ਮੈਂ ਰਾਸ਼ਿਦ ਸ਼ਬੀਰ, ਸਤਿ ਅਕੀਰ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ, ਅੱਜ ਸਾਡੀ ਖਿਦਮਤ ਫਿਰ ਆਜ਼ਰਾਂ ਜੀ ਇੱਕ ਨਵੀਂ ਵੀਡੀਓ ਕਨੀਤ ਹੈ, ਤਾਂ ਇਸ ਵੇਲੇ ਸਵਾਲ ਤੱਕਣਾ ਸੋ, ਮੈਂ ਮੌਜੂਦ ਹਾਂ ਜੀ ਚੌਕਿਆਂ ਵਿੱਚ, ਇੱਕ ਰੋਡ ਉਧਰ ਜਾਣੀ ਹੈ, ਇੱਕ ਰੋਡ ਇਹਦਾ ਜਾਣੀ, ਇੱਕ ਰੋਡ ਇਹਦਾ ਜਾਣੀ, ਤਾਂ ਇੱਕ ਰੋਡ ਇਹਦਾ ਜਾਣੀ। ਹੁਣ ਅਗਰ ਸਾਡੀ ਇਲਾਕੇ ਨੇ ਨਾ ਘੰਟਾ ਬਾਹਿਆ ਤਾਂ ਇਹ ਕੰਮ ਲੰਮਾ ਹੋ ਜਾ ਸੀ, ਤਾਂ ਫਿਰ ਵੀ ਜ਼ਿਆਦਾ ਤਾਰ ਟਕਰਾਉਣਾ ਪੈ ਸੀ, ਅਤੇ ਸਹਿਤ ਸਮੇਂ ਨਾਲ ਜਾਣਾ। ਇਧਰ ਜਿਹੜੀ ਰੋਡ ਜਾਣੀ ਨਾ ਜੀ ਉਹ ਖਾਦਮਾਬਾਦ ਜਾਣੀ ਹੈ, ਇਧਰੋਂ ਜਾਣੀ ਹੈ ਬਟਲੀ ਵਾਲੀ ਸਾਈਡ, ਤਾਂ ਇਧਰੋਂ ਜਾਣੀ ਹੈ ਜੀ ਛੁਤਰੋ ਵਾਲੀ ਸਾਈਡ, ਤਾਂ ਇਧਰੋਂ ਜਾਣੀ ਹੈ ਜੀ ਮੋਰਾ ਮਲਕਾਂ ਵਾਲੀ ਸਾਈਡ। ਸਭ ਤੋਂ ਆਇਓ, ਅਸਲਾਮ ਵਾਲੇਕੁਮ, ਕੀ ਹਾਲ ਹੈ, ਇਹ ਗੁੱਸੇ ਮੇਂ ਹੈ, ਇਹ ਸਲਾਮ ਨਹੀਂ ਲੇਤਾ ਹੈ। ਤਾਂ ਬੇਸਿਕਲੀ ਅਸਾਂ ਜਾ ਰਹੇ ਹਾਂ ਜੀ ਅੱਜ ਅਨਕਰ ਬਚਲਾ ਕਰਾ, ਤਾਂ ਉਸ ਵਾਸਤੇ ਅਸਾਂ ਕਿ ਜਾਂ ਜਾਣਾ ਪੈ ਸੀ ਨਾ ਜੀ ਉਹ ਸੱਜੇ ਥਾਪ ਜਾਣਾ ਪੈ ਸੀ ਹੈ, ਜਿਸ ਜਗ੍ਹਾ ਅਸਾਂ ਖਲਤੇ ਹੋਣਾ ਤਾਂ ਇੱਥੇ ਤਾਂ ਅਸਾਂ ਕਿ ਨੀਰਾ ਜੰਗਲ ਨਜ਼ਰ ਅਚਣਾ ਆ, ਤਾਂ ਜੰਗਲ ਵਿੱਚ ਕੋਈ ਲੱਕੜੀ ਵੀ ਕੋਣੀ ਆ, ਇਹ ਜੰਗਲ ਸਾਰਾ ਥਿਆ ਵੀ ਦੂਆ ਆ, ਇਹ ਗੱਲ ਨਾ, ਹਾਂ ਇਹ ਸਾਰਾ ਜੰਗਲ ਦੂਆ ਆ, ਇੱਥੇ ਲੱਕੜੀ ਵੀ ਨਹੀਂ ਲੱਭਣ ਗਈ ਹੈ। ਤਾਂ ਖੈਰ ਇਹਦਾ ਕੋਈ ਸੰਘੇ ਬੁਨਿਆਦ ਹੈ, ਇਸ ਨੇ ਅੰਦਰ ਪੜੀ ਛੜੀ ਤਾਂ ਕੌਣ ਲੱਗੀ ਆ, ਇਹ ਵੀ ਪਤਾ ਲੱਗਣਾ ਕਿਸੇ ਲਈ ਖੜੀ ਆ। ਹੁਣ ਇਸ ਰੋਡਾ ਜੁਲੇ ਹਾਂ ਜੀ, ਤਾਂ ਅੱਜ ਸੌਂਕੇ ਅਸਾਂ ਚੱਕ ਅਸਾਂ ਜੀ ਅਨਕਰ ਬਚਲਾ ਕਰਾ, ਤਾਂ ਸਾਡਾ ਅਸਾਂ ਮਾਹੌਲ ਚੱਕ ਕਰਾਉਣਾ, ਇੱਥੇ ਅਸਾਂ ਦਿਹਾੜੀ ਛੋ ਹੈ ਰਾਤੀ ਛੋ ਹੈ, ਸੰਘੀ ਲੱਗਸੀ ਆ ਪੱਕੀ ਛਾਂ, ਤੂੰ ਪਤਾ ਲੱਗਣ ਹੀ ਨਹੀਂ ਗਈ ਹੈ, ਤਾਂ ਰਾਤੀ ਅਗਰ ਇੱਥੇ ਆਏ ਵੀ ਜਾਣਾ ਤਾਂ ਜਿਨ ਭੂਤੀ ਮਾਰ ਲਏ ਸਾਂ ਪਿੱਛਾ ਨਹੀਂ ਛੋੜਨਗੇ, ਇਤਨਾ ਇੱਥੇ ਜੰਗਲ ਪਿਆ ਹੋਇਆ, ਇੱਥੇ ਦਿਹਾੜੀ ਕੁਝ ਵੀ ਨਹੀਂ ਦਿਸਣਾ, ਤਾਂ ਰਾਤੀ ਥੱਕਿਆ ਦਿਸੀ ਹੈ। ਕਾਫੀ ਦੇਰੀ ਨੇ ਅਸਾਂ ਟੂੜੀ ਰਹੇ ਹਾਂ, ਕਾਫੀ ਦੇਰੀ ਨੇ ਅਸਾਂ ਟੂੜੀ ਰਹੇ ਹਾਂ, ਪਰ ਅਸਾਂ ਕਿ ਜੈ ਅਨਕਰ ਬਚਲਾ ਕਰਾ ਨਜ਼ਰ ਨਹੀਂ ਆਇਆ, ਉਹ ਪਤਾ ਨਹੀਂ ਕਿੱਥੇ ਰਹਿ ਗਿਆ, ਉਹ ਮਾਰੇ ਲਈ ਮੋਹਰ ਅਸਾਂ ਫਿਰ ਸਾਂ ਅੱਗੇ ਜਾ ਸਾਂ, ਫਿਰ ਏਸੀ ਆ। ਤਾਂ ਨਾਲ ਸਾਡੇ ਸਨ ਅੱਜ ਚਾਚਾ, ਅਸਲਾਮ ਵਾਲੇਕੁਮ ਚਾਚਾ, ਸਲਾਮ ਆਸ਼ੀ ਜੀ, ਕੀ ਹਾਲ ਹੈ, ਠੀਕ ਹੋ, ਸ਼ੁਕਰ ਹੈ ਠੀਕ ਠਾਕ, ਦਵਾ ਕਰੀ ਗੱਲ ਕਰੋ, ਕੋਈ ਟਾਈਮ ਲੱਭਾ ਨਹੀਂ, ਟਾਈਮ ਲੱਭਾ ਤਾਂ ਹਾਂ ਜ਼ਾਹਰ ਹੈ, ਟਾਈਮ ਗੱਲ ਸਾਰੀ ਟਾਈਮ ਪਰ ਹੈ, ਸਹੀ ਹੋਈ ਆ, ਅੱਜ ਟਾਈਮ ਕਿ ਨਹੀਂ ਤਾਂ ਟਾਈਮ ਅਸਾਂ ਕਿ ਨਹੀਂ ਤਾਂ ਆ ਚਾਚਾ, ਅੱਜ ਟਾਈਮ ਕੱਢਿਆ ਨਹੀਂ ਨਾ, ਤਾਂ ਅੱਜ ਕਿੱਧਰ ਆਇਓ, ਅੱਜ ਅਸਾਂ ਹੋ ਜਾ ਤੁਹਾਨੂੰ ਨਾ ਕਹਿੰਦਾ ਬੱਚ ਚਲਾਕੜਾ ਜਾਂ ਬੱਚਲਾਕੜਾ, ਅਨਕਰ ਬੱਚਲਾਕੜਾ, ਅਨਕਰਾ ਅਨਕਰ ਬੱਚਲਾਕੜਾ, ਉਧਰ ਜੁਲੇ ਡਰ ਤਾਂ ਨਹੀਂ ਲੱਗੀ ਰਿਹਾ ਇਸ ਰੋਡਾ ਪਰ, ਮੈਂ ਵੈਸਾ ਇੱਧਰ ਕੋਈ ਵੀ ਨਹੀਂ ਜਾਣਾ, ਤੁਸੀਂ ਤਾਂ ਗੱਡੀਆਂ ਵਾਲੇ ਭਾਪੇ ਵੀ ਜੇ ਰਹੇ ਮਾਸ਼ਾ ਅੱਲਾ, ਇਹ ਵੀ ਕੰਮ ਕਾਜ ਕਰੀ ਤਾਂ ਟੈਨਸ਼ਨ ਨਹੀਂ ਹੋਣੀ, ਪਰ ਸਾਹਿਬ ਤਾਂ ਜੇ ਰਹੇ ਹਾਂ ਕਿ ਪਰ ਸੰਘੀ ਜਾ ਉਹ ਰੋਡ ਨਜ਼ਰ ਕੋ ਨਹੀਂ ਆਈ ਹੈ, ਇਹ ਅੱਗੇ ਛਤਰੋ ਛਤਰੋ ਇਹ ਜਾਣਾ ਜੀ, ਬਟਲੀ ਨੇ ਸੇ ਕੁਝ ਟੱਚ ਕਰਨਾ ਹੈ, ਜਿਹੜੀ ਉਧਰ ਵਿੱਚ ਚਾਰ ਰੋਡ ਦੱਸੇ
ਜਿਹੜੀ ਉੱਧਰ ਜਾਣੀ ਸੀ ਉਹ ਖਾਤਮਾ ਬਾਅਦ ਜਾਣੀ ਆ ਮਸਜਿਦ ਕੋਲ ਜਾਈਦੇ ਨਿਕਲੀ ਬ੍ਰੋ ਇਹ ਚਾਰ ਰੋਡਾਂ ਦਾ ਰੋਡ ਜਿਹੜਾ ਪਹਿਲੀ ਦਫ਼ਾ ਹੀ ਤੱਕ ਚੋੜੋਕੜੇ ਵਾਲਾ ਚੌਕ ਚੌਕ ਬਚੜਾਕੜਾ ਚੜੋਕੜੇ ਵਾਲਾ ਚੌਕ ਵਾਹ ਜੀ ਮਾਸ਼ਾਅੱਲਾ ਵਾਹ ਬਾਕੀ ਅੱਜ ਅਸੀਂ ਗਊ ਚੱਕ ਕਰਾਸਣ ਉਹ ਵੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਇੱਥੋਂ ਕੋਈ ਯਾਦਾਂ ਕਿੰਨਾ ਤੁਸੀਂ ਜਾਸੂ ਹੈ ਇਨਸ਼ਾਅੱਲਾ ਇਨਸ਼ਾਅੱਲਾ ਜਿਹੜੇ ਭੈਣ ਭਰਾ ਇਸ ਇਲਾਕੇ ਨੇ ਰਹਿਣੇ ਲੈਣ ਉਹ ਜ਼ਰੂਰ ਮੈਸੇਜ ਕਰੀ ਦਬਾਏ ਕੈਸੀ ਲੱਗੀ ਤੁਹਾਡੀ ਵੀਡੀਓ ਇਹ ਜਾਂ ਵੀਡੀਓ ਬਣਤੀ ਹੀ ਕੋਈ ਸਾਡੇ ਨਾਲ ਜੁੜੇ ਰਹੇ ਤਾਂ ਫਿਰ ਤੱਕ ਫਿਰ ਬਾਏ ਅੱਛਾ ਅੱਛੀ ਦੱਸਾਂਗੀ ਕੋਈ ਅਸਰਾਤ ਦਿਸਿਆ ਜੀ ਕਿ ਅਨਕਰ ਬਚਲਾਕੜਾ ਨਹੀਂ ਰੋਡ ਆਈ ਗਈ ਹੈ ਕਿਉਂਕਿ ਉਸਨੇ ਜਿਹੜੀ ਰੋਡ ਜਾਣੀ ਸੀ ਨਾ ਉਹ ਇੱਧਰ ਜਾਣੀ ਸੀ ਉਹ ਐਦ ਹੈ ਇਹ ਗਿਆ ਜਿਹੜੀ ਰੋਡ ਜਾਣੀ ਨਾ ਇਹ ਗਿਆ ਜਾਣੀ ਆ ਜੀ ਮੋੜਾ ਮਲਕਾਂ ਔਰ ਛਤਰੋ ਤਾਂ ਅਸਾਂ ਉਹ ਜਾਸਾਂਗੇ ਉਹ ਇਸ ਸਾਈਡ ਜਾਸਾਂ ਤਾਂ ਇਸ ਰੋਡ ਹੈਗੀ ਅਸਾਂ ਕਸਾਂ ਜੀ ਬਾਏ ਬਾਏ ਵੈਲਕਮ ਅਨਕਰ ਬਚਲਾਕੜਾ ਇਸ ਰੋਡਾਂ ਪੇ ਤਾਂ ਅਸਾਂ ਅੱਗੇ ਆਏ ਹਾਂ ਤਾਂ ਇੱਥੋਂ ਵੀ ਰੋਡਾਂ ਨੇ ਦੋ ਹਿੱਸੇ ਹੋਈ ਗਏ ਇੱਕ ਰੋਡ ਇੱਧਰ ਜਾਣੀ ਆ ਇੱਕ ਰੋਡ ਇੱਧਰ ਜਾਣੀ ਆ ਮੀਨ ਕਿ ਇੱਕ ਸੱਜਾ ਜਾਣੀ ਤਾਂ ਇੱਕ ਖੱਬਾ ਜਾਣੀ ਤਾਂ ਇਹ ਪਾਪਾ ਜਦੋਂ ਆਏ ਨਾ ਅਸਾਂ ਉੱਧਰ ਜਾਸਾਂ ਕਹਿ ਲੈ ਪਛਾਣੇ ਹੋ ਕੋਣੀ ਕੋਣੀ ਪਛਾਣਤਾ ਮੈਂ ਵੀ ਕੋਣੀ ਹੋਰ ਸੁਣਾ ਸਰ ਠੀਕ ਹੈ ਕਹਿਣਾ ਆ ਕਿ ਜਾਸੂ ਇਹ ਅਨਕਰ ਬਚਲਾਕੜਾ ਬਚਾਕੜਾ ਚਾਕੜਾ ਅੱਛਾ ਰੋਡ ਦੋ ਇੱਥੋਂ ਦੋ ਰੋਡਾਂ ਜਾ ਰਹੀਆਂ ਇੱਕ ਇੱਧਰ ਜਾ ਰਹੀ ਆ ਇੱਕ ਇੱਧਰ ਜਾ ਰਹੀ ਆ ਇੱਧਰ ਵੀ ਜਾ ਰਿਹਾ ਇੱਧਰ ਵੀ ਜਾ ਰਿਹਾ ਤਾਂ ਅਸੀਂ ਕਿਹੜੀ ਰੋਡਾਂ ਪਰ ਜਾਣਾ ਚਾਹੀਦਾ ਤੁਸੀਂ ਕਿਹੜੇ ਜਗ੍ਹਾ ਜਾਸੋ ਅਸਾਂ ਵੀ ਇੱਥੇ ਜਾਣਾ ਪਿਛਾਕੜਾ ਜਾਸੋ ਦਾ ਇਹ ਰੋਡ ਲੱਭੋ ਇਹ ਅਸਾਂ ਕਿ ਇੱਥੇ ਕੀਮ ਸਾਹਿਬ ਲੱਭੀ ਗਏ ਸਨ ਉਹਨਾਂ ਬਾਇਆ ਕਿ ਤੁਸੀਂ ਇਸ ਰੋਡਾਂ ਪਰ ਜਾਓ ਇੱਧਰ ਨਾ ਜਾਓ ਤਾਂ ਇੱਥੇ ਅਸਾਂ ਤੱਕ ਰਸਤੇ ਵਿੱਚ ਅਸਾਂ ਕਿ ਸਾਰੇ ਕੱਟੀਆਂ ਤਾਂ ਕੱਟੇ ਲੱਭੇ ਵਿੱਚ ਇੱਕ ਕੁੱਤੋ ਹੈ ਕੁੱਤੋ ਇਹਨਾਂ ਨੇ ਕਈ ਵਾਰ ਰਖਵਾ ਲਈ ਉਹ ਕਿੱਥੇ ਲੈ ਕੇ ਚੱਲਿਆ ਇਹਨਾਂ ਨੂੰ ਲੈ ਜਾ ਇਹਨਾਂ ਕੀ ਸਿੱਧਾ ਖੜਿਆ ਨੇ ਡਿੰਗੇ ਰਾਏ ਬਣਾ ਕੇ ਨਹੀਂ ਗਿਆ ਤਾਂ ਅੱਗੋਂ ਲਗਾ ਛਾ ਬੱਚਾ ਛਾਲਾਂ ਮਾਰਨਾ ਬਹੁਤ ਲੰਬੀਆਂ ਛਾਲਾਂ ਮਾਰਨਾ ਨਿੱਕੀਆਂ ਵੀ ਨਹੀਂ ਮਾਰਨਾ ਅਸਲਾਮ ਵਾਲੇਕੁਮ ਕਹਿ ਲੈ ਠੀਕ ਹੋ ਸਰ ਠੀਕ ਹੈ ਕਿਆ ਨਾਂ ਆ ਸਈਦ ਸਈਦ ਖਾਨ ਜਾਂ ਹਾਲੀ ਸਈਦ ਹਾਲੀ ਸਈਦ ਕਿੱਥੇ ਰਹਿਣੇ ਹੋ ਮੈਂ ਉਧਰ ਚੱਲ ਮਾਰਾ ਕਿਸੇ ਮਕਾਣੀ ਲਾਹਾ ਅੱਛਾ ਲਾਹੇ ਨੇ ਮਕਾਣੀ ਰਹਿਣੇ ਹੋ ਇਹ ਮਾਲ ਡੰਗਰ ਲਾਹੇ ਨੇ ਮੈਂ ਆਸਾਂ ਨਹੀਂ ਆਪਣੇ ਕਿਤਨੇ ਆ ਕੇ 12 ਕਿੱਥੇ ਖੜੇ ਸਨੇ ਔਰ ਚੜਾਣੇ ਹੋਰ ਚੜਨੇ ਵਾਸਤੇ ਕਿਹੜਾ ਲੱਖੜੇ ਸਨੇ ਹੁਣ 1 ਵਜੇ 1 ਵਜੇ ਖੜੇ ਸਨੇ ਤਾਂ ਸਵੇਲੇ ਸੁੱਤੇ ਹੋਸੋ ਸਵੇਲੇ ਮੈਂ ਸਕੂਲ ਗਏ ਅੱਜ ਤਾਰ ਸੀ ਅੱਜ ਤਾਰ ਸੀ ਨਾ ਤਾਂ ਸਵੇਲੇ ਫਿਰ ਕਿਹਨਾਂ ਰੱਖਿਆ ਇਧਰ ਕੱਲ ਕੋਣ ਲੱਭੇ ਸਨ ਤਾਂ ਅੱਜ ਲੋਣੇ ਗਾਸਾ ਦੇ ਮੈਂ ਲੱਭੇ ਕਿੱਥੋਂ ਲੱਭੇ ਕਿ ਇਹ ਕਿੱਥੋਂ ਲੱਭੇ ਡਾਵੀ ਛੁਪੇ ਡਾਵੀ ਛੁਪੇ ਹੋ ਸਨ ਆਂਖ ਮਚੋਲੀ ਖੇਰੀ ਰਹੇ ਸਨ ਠੀਕ ਹੈ ਹੁਣ ਇਹਨਾਂ ਦਾ ਫਿਰ ਗਮੀ ਜਾਣ ਦੋਰੋ ਪੋਰੋ ਨੇ ਦੋਰੋ ਨੇ ਗੜੀ ਲਾ ਛਾਲਾ ਮਾਰੋ ਮਾਸ਼ਾਅੱਲਾ ਸਾਂਗੀ ਬੱਚਾ ਲੱਭੀ ਗਿਆ ਸੀ ਇਹ ਉਸ ਖੜੇ ਹੋ ਸੁਣਾ ਜੀ ਕੱਟੀਆਂ ਕੱਟੇ ਫਿਰਨੇ ਵਾਸਤੇ ਚੜਾਉਣੇ ਵਾਸਤੇ ਜ਼ਰਾ ਇਹ ਸੀਜ਼ਨ ਜਿਹੜਾ ਹੈ ਜੀ ਉਹ ਘਾਹ ਵਾਲਾ ਬਾਰਿਸ਼ਾਂ ਕਾਫੀ ਹੋਣੀਆਂ ਘਾਹ ਜਿਹੜੇ ਹੈ ਜੀ ਉਹ ਕਾਫੀ ਖੁੱਲੇ ਰਸਤਾ ਪੁੱਛਣੇ ਅਸਾਂ ਆਈ ਗਏ ਹਾਂ ਜੀ ਉੱਪਰ ਆਏ ਹਾਂ ਰੋਡਾਂ ਸਾਂ ਤਾਂ ਘਾਹ ਵਾਂਗ ਬੈਠੀ ਹੈ ਨਿਗਰਾਨੀ ਗਲੀ ਰਹੀ ਹੈ ਕੋਈ ਬੰਦਾ ਅੱਛਾ ਘੇਰਾ ਜਾਣਾ ਆ ਕਹਿ ਲਾ ਜੀ ਠੀਕ ਹੋ ਸਿਰ ਠੀਕ ਹੈ ਕਿੱਥੇ ਬੈਠੇ ਹੋ ਅੱਜ ਅੱਛਾ ਜੀ ਇੱਥੇ ਡੰਗਰ ਸ਼ੰਗਰ ਤੱਕਣੇ ਸਾਰੇ ਇਹ ਮਾਸ਼ਾਅੱਲਾ ਸਾਂ ਚੈੱਕ ਕਰੋ ਜੀ ਫਾਈਨਲੀ ਅਸਾਂ ਪਹੁੰਚੀ ਆਏ ਹਾਂ ਜੀ ਅਨਕਰ ਬਚਲਾਕੜਾ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਕੋਠੀਆਂ ਬੰਗਲੇ ਜੀ ਇੱਥੇ ਨੇ ਆਵਾਮ ਨੇ ਅਤੇ ਇਹਦਾ ਹੀ ਸਾਂ ਚੈੱਕ ਕਰੋ ਮਾਸ਼ਾਅੱਲਾ ਬਹੁਤ ਹੀ ਪਿਆਰਾ ਖੂਬਸੂਰਤ ਬੰਗਲਾ ਯੂਕੇ ਵਾਲਿਆਂ ਵੈਸੇ ਮਾਸ਼ਾਅੱਲਾ ਯੂਕੇ ਵਾਲਿਆਂ ਨੂੰ ਨਹੀਂ ਇਹ ਅਮਰੀਕਾ ਵਾਲਿਆਂ ਨੇ ਅਗਰ ਮੈਂ ਸਹੀ ਬਣਾ ਹਾਂ ਤਾਂ ਬਾਕੀ ਇਹਦੀ ਸਾਂ ਇੱਥੇ ਫਿਰੋ ਤਾਂ ਮਾਸ਼ਾਅੱਲਾ ਉਹਦਾ ਪਹਾੜ ਹੀ ਬਹੁਤ ਹੀ ਖੂਬਸੂਰਤ ਕਬਰਸਤਾਨ ਹੈ ਉਹ ਕਬਰਸਤਾਨ ਜਿਹੜਾ ਜੀ ਉਹ ਕਾਫੀ ਬੜਾ ਆ ਗਰਾਂ ਤਾਂ ਛੋਟਾ ਪਰ ਕਬਰਸਤਾਨ ਬਹੁਤ ਹੀ ਬੜਾ ਆ ਤਾਂ ਅਸਾਂ ਹੁਣ ਇੱਥੋਂ ਟਰਨ ਕਿਸਾਂ ਜੀ ਇੱਥੋਂ ਅਸਾਂ ਗਲੀ 'ਚ ਬਰਸਾਂ ਤਾਂ ਗਲੀ ਜੇ ਜਾਣੀ ਨਾ ਇੱਧਰੋਂ ਤੋਰ ਸਿੱਧੀ ਗਿਆ ਜਾਣੀ ਆ ਗ੍ਰਾਂ 'ਚ ਤਾਂ ਇੱਧਰੋਂ ਗਿਆ ਚਲੀ ਜਾਣੀ ਸਤਰੋ ਵਿੱਚ ਔਰ ਇੱਧਰ ਗਿਆ ਜਾਓ ਤਾਂ ਮਹਿਰਾ ਵੀ ਹੈ ਘਰ ਗਿਆ ਜੇ ਤਾਂ ਥੋੜ੍ਹੇ ਖਤਮ ਹੋ ਜਾਣੀ ਗਲੀ ਵੀ ਖਤਮ ਹੋ ਜਾਣੀ ਮਾਸ਼ਾਅੱਲਾ ਸਾਂ ਚੱਕ ਕਰੋ ਲੋਕਾਂ ਆਪਣੇ ਘਰਾਂ ਵਿੱਚ 300 ਸਾਲ 400 ਸਾਲ ਅੰਬਾਂ ਨੇ ਬੂਟੇ ਲਾਏ
ਇਹ ਬੂਟੇ ਉਹਨਾਂ ਐਡਵਾਂਸ ਪਹਿਲੇ ਲਾਈ ਹੋਈ, ਅਸਾਂ ਘਰ ਬਾਅਦ ਹੀ ਬਣਾਏ ਸੀ ਸਰ। ਗੱਲ ਵਿੱਚ ਅਸਾਂ ਅੱਗੇ ਜੀ ਰਹੇ ਹਾਂ ਜੀ। ਮਾਸ਼ਾਅੱਲਾ ਅਸਾਂ ਚੱਕ ਘਰ, ਇੱਥੇ ਸਿਰਫ ਮੋਟਰਸਾਈਕਲਾਂ ਵਾਲੇ ਹਜ਼ਰਾਤ ਜੀ ਸਕਣੇ, ਗੱਡੀ ਵਾਲੇ ਨਹੀਂ ਜੀ ਸਕਣੇ। ਗੱਡੀ ਵਾਲਿਆਂ ਕੀ ਅਗਰ ਰਸਤਾ ਇਖਤਿਆਰ ਕਰਨਾ ਨਾ, ਉਹ ਦੂਸਰਾ ਇਖਤਿਆਰ ਕਰਨਾ, ਤਾਂ ਪੈਦਲ ਦਾ ਆਵਾਮ ਮੈਂ ਅੱਖਾਂ ਨੋਟੀ ਦਾ ਇੱਥੋਂ ਜਾ, ਗੱਲੀ ਬਿਲਕੁਲ ਸਿੱਧੀ ਆ। ਹਾਂ ਅੱਖਾਂ ਖੋਲਣ ਦੀ ਜ਼ਰੂਰਤ ਪੈਣੀ ਨਾ ਨਾ। ਅੱਗੇ ਅਸੀਂ ਪਤਾ ਅਸੀਂ ਉਸ ਕਦਮ ਗਿਣਤੇ ਹੋ ਸਨ ਜਾਂ ਰੋਜ਼ ਉਸਨੇ ਆਇਆ ਇੱਥੇ, ਅਗਰ ਪਹਿਲੀ ਵਾਰੀ ਆਇਆ ਉਸ ਵਸਤੇ ਆਇਆ ਉਹ ਹੋਇਆ। ਇਹ ਮਾਸ਼ਾਅੱਲਾ ਅਸਾਂ ਜੀ ਬਹੁਤ ਹੀ ਪਿਆਰਾ ਘਰ ਨਜ਼ਰ ਰੱਖਣਾ ਜੀ, ਪਰ ਇਸਨੇ ਗੇਡਾ ਬੜੀ ਤਾਲਾ ਲਗਾ ਔਰ ਉਸੀ ਵੀ ਰੰਗ ਹੋਈ ਗਿਆ, ਉਹਨੇ ਤਾਲਾ ਦਿਸੇ ਹੀ ਨਾ ਆਵਾਂਗੇ। ਗੇਰੀ ਸੁਣਾ ਦੁਬਾਰੀ ਸਿੰਘ ਜਿਹੜੀ ਬੰਟੀ ਨਾ, ਉਹ ਵੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ। ਤਾਂ ਅਸਾਂ ਇੱਥੇ ਆਏ ਅੱਜ ਕਾਫੀ ਟਾਈਮਾਂ ਬਾਅਦ, ਮਾੜੇ ਹਲੇ 3 ਸਾਲਾਂ ਬਾਅਦ ਆਏ ਉਸਾਂ ਬਚਲਾਕਲਾ, ਤਾਂ ਨਾਲ ਹੀ ਅਸਾਂ ਤੋਂ ਪੁਰਾਣੀਆਂ ਪੁਰਾਣੀਆਂ ਹਵੇਲੀਆਂ, ਪੁਰਾਣੇ ਪੁਰਾਣੇ ਮਕਾਨ, ਇਹ ਅਜੇ ਮਕਾਨ ਅੱਜ ਕੱਲ੍ਹ ਖਤਮ ਹੀ ਹੋਈ ਗਏ। ਤੱਕੋ ਨਾ ਲੋਰੋ ਨਾ ਤਾਂ ਫਿਰ ਵੀ ਨਹੀਂ ਲੱਭਣੇ, ਉਹ ਲੁੜਨੇ ਪੈ ਰਹੇ ਉਹੇ ਜੀ। ਤਾਂ ਇਹ ਪਾਰ ਹੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰੀ ਮਸਜਿਦ ਹੈ ਜੀ। ਮਸਜਿਦ ਦੇ ਅਸਾਂ ਬਿਲਕੁਲ ਇਸ ਵੇਲੇ ਕੋਲ ਕਾਲ ਪੁੱਛੀ ਆਏ ਹਾਂ, ਪਰ ਅਸਾਂ ਜਿੱਥੇ ਆਏ ਸਾਂ ਉਹ ਚੀਜ਼ ਮਾਸ਼ਾਅੱਲਾ ਕੋਲ ਦੂਰ ਹੀ ਰਹੀ ਗਈ ਆ, ਅਸਾਂ ਮੁੜੀ ਤੋਂ ਨੀਚੇ ਆਈ ਗਏ ਹਾਂ। ਅੱਲਾ ਹੈ ਹੀ ਕਿਹੜੇ ਮਾੜੇ ਹਾਲੇ ਅਸਾਂ ਗਲਤੀ ਆਈ ਗਏ ਹਾਂ। ਬਾਕੀ ਮਾਸ਼ਾਅੱਲਾ ਅਸਾਂ ਮਸਜਿਦ ਚੈੱਕ ਕਰੋ ਜੀ, ਮਸਜਿਦ ਜਿਹੜੀ ਆਈ ਉਹ ਬਹੁਤ ਹੀ ਖੂਬਸੂਰਤ ਹੈ। ਮਸਜਿਦ ਦਾ ਨਾਂ ਜੀ ਮਸਜਿਦ ਸ਼ਾਨ ਅਲੀ ਬਚਲਾਕਰਾ, ਇਹ ਉਹਨਾਂ ਦੀ ਮਸਜਿਦ ਹੈ ਜੀ। ਤਾਂ ਮਸਜਿਦ ਜਿਹੜੀ ਆਏ ਜੀ ਉਹ ਤਾਂ ਬਹੁਤ ਜ਼ਿਆਦਾ ਹੀ ਪੁਰਾਣੀ ਹੈ। ਤਾਂ ਅੱਗੇ ਇੱਥੋਂ ਹੈ ਤਾਂ ਇੱਥੋਂ ਅਸਾਂ ਵਾਪਸ ਉਸੇ ਜਗ੍ਹਾ ਆਈ ਗਏ ਜਿੱਥੋਂ ਅਸਾਂ ਗਏ ਸਾਂ, ਜਿਹੜੀ ਰੋਡ ਅਸਾਂ ਛੋੜੀ ਸੀ ਆ ਪਲੇਟ ਢੱਠੀ ਹੈ ਬਾਰਿਸ਼ਾਂ ਦੀ ਵਜ੍ਹਾ ਸੋਂ, ਤਾਂ ਉਹ ਅੱਗੇ ਵੀ ਬੂਟਾ ਟੁੱਟਾ ਆ, ਪਰ ਇਹ ਅੱਗੇ ਬੂਟਿਆਂ ਦੇ ਥੱਲੇ ਸਾਨੂੰ ਨਿਕਲੀ ਤਾਂ ਅੱਗੇ ਜੀ ਸਕਣੇ ਹੋ ਜੀ। ਇੱਥੇ ਤਾਰੀਖੀ ਬੂਟੇ ਲਗੇ ਬਹੁਤ ਹੀ ਜ਼ਿਆਦਾ ਪੁਰਾਣੇ ਬੂਟੇ, ਤਾਂ ਇਹ ਬੂਟਾ ਅਸਾਂ ਚੈੱਕ ਕਰੋ ਜੀ। ਬੂਟਾ ਜਿਹੜਾ ਜੀ ਇਹ ਧੰਮਣਾ ਹੈ, ਧੰਮਣ ਜਿਹੜਾ ਜੀ ਉਹ ਵੀ ਕੋਈ ਸਪੈਸ਼ਲ ਹੈ। ਇਹ ਦੱਸੋ ਨਾਲ ਚੈੱਕ ਕਰੋ ਖਾਸ ਚੀਜ਼, ਗਟਰੋਂ ਦੀ ਸਫਾਈ ਕੇ ਲਈ ਰਾਪਾ ਕਰੇ, ਇਹ ਸਾਰਾ ਬੋਰਡ ਨਹੀਂ ਆ, ਇਹ ਜਿਸ ਤਰ੍ਹਾਂ ਆਇਆ ਉਸ ਤਰ੍ਹਾਂ ਆ। ਅਦਾ ਪਾਰ ਦੱਸਾਂ ਕਿ ਬਹੁਤ ਹੀ ਪੁਰਾਣਾ ਖੂਹ ਵੀ ਨਜ਼ਰ ਆ ਜਿਹੜੀ ਅਸੀਂ ਆ ਜੀ ਇੱਥੇ, ਇਹ ਪੂਰੇ ਗਣਾਂਗੀ ਪਾਣੀ ਸਪਲਾਈ ਕਰਨਾ, ਤਾਂ ਨਾਲ ਹੀ ਸਾਡਾ ਸਾਨੂੰ ਤੱਕ ਹੋਇਆ। ਇੱਥੇ ਬੂਟੀ ਕਾਫੀ ਜ਼ਿਆਦਾ ਹੋਈ ਗਈ ਸੀ, ਅਤੇ ਬੂਟੀ ਨਹੀਂ ਨਾ ਸਫਾਈ ਕੀਤੀ ਆ ਤਾਂ ਕਿ ਖੂਹ ਆ ਪਰ ਬੰਦਾ ਅੱਛੀ ਤਰ੍ਹਾਂ ਜਾ ਸਕਿਆ, ਇਹ ਕਿ ਹੁਣ ਈਜ਼ੀਲੀ ਜਾ ਸਕਣਾ। ਤਾਂ ਰੋਡਾ ਫੜੀ ਵੀ ਕਾਫੀ ਬੂਟੀ ਸੀ ਉਹ ਵੀ ਨਾ ਸਾਫ਼ ਕੀਤੀ ਆ, ਅਤੇ ਬਾਕੀ ਹਵਾ ਇਲਾਕਾ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਿਆ, ਉਹਨੇ ਨਹੀਂ ਪਤਾ ਲਈ ਗਿਆ ਕਿ ਕੋਈ ਆ ਹੀ ਗਿਆ ਜੀ, ਬਾਹਰ ਨਿਕਲੋ ਹੋਇਆ ਦਰਵਾਜ਼ੇ ਖੋਲੋ ਹੈ। ਉਹਨਾਂ ਨੂੰ ਪੁੱਛੋ ਹੈ ਕਿ ਕੁਣ ਆਇਆ ਇੱਥੇ ਜੀ, ਇੱਥੇ ਹੀ ਨਾਲ ਅਸਾਂ ਕਿ ਇੱਥੇ ਗੇਟ ਵੀ ਨਜ਼ਰ ਜੀ, ਗੇਡਾ ਵੀ ਅਸਾਂ ਖੋਲਦੇ ਹਾਂ, ਅੰਦਰ ਜੁਲਦੇ ਹਾਂ, ਇਹਦਾ ਕੋਈ ਬੋਰਡ ਸ਼ੋਰਡ ਵੀ ਲਗਾ ਇਸ ਨੇ ਵੀ ਅੰਦਰ ਦੀ ਚੱਕ ਕਰਨਾ। ਵਾਹ ਜੀ ਇਹ ਪਤਾ ਲੈਣਾ ਕੋਈ ਪ੍ਰਾਈਵੇਟ ਚੀਜ਼ ਹੈ। ਪ੍ਰੋਫੈਸਰ ਤਾਹਿਰ ਅਬਾਸ ਉਸ ਵਾਸਤੇ ਸਪੈਸ਼ਲ ਇੱਕ ਰੋਡ ਲਗਾਇਆ, ਤਾਂ ਇੱਥੋਂ ਬੰਦਾ ਅੱਗੇ ਸਪੈਸ਼ਲ ਉਹਨਾਂ ਨੇ ਕਾਰਡ ਜੀ ਸਕਣਾ, ਸਿਰਫ ਉਸ ਘਰ ਵਾਸਤੇ ਇਹ ਰੋਡ ਹੈ। ਔਰ ਰੋਡਾਂ ਨੇ ਸਾਈਡਾਂ ਸਾਂ ਚੈੱਕ ਕਰੋ, ਜੰਗਲਾਂ ਵੀ ਫਿਰਿਆ ਹੋਇਆ ਜੀ, ਤਾਂ ਕਿ ਕੋਈ ਹੋਰ ਚੀਜ਼ ਇੱਧਰ ਉੱਧਰ ਇੱਧਰ ਉੱਧਰ ਨਾ ਜਾ ਸਕੇ। ਬਾਕੀ ਉਹ ਪਾਰ ਸਾਂ ਕਿ ਛੱਤ ਨਮਾ ਚੀਜ਼ ਨਜ਼ਰ ਆਈ ਰਹੀ ਸੀ, ਨਾਲ ਹੀ ਮਕਾਨ ਨਜ਼ਰ ਆਈ ਰਹੇ ਸਨ, ਤਾਂ ਅਸਾਂ ਜਾ ਜਾਣਾ ਸੀ ਨਾ ਜੀ, ਉਹ ਉੱਥੇ ਜਾਣਾ ਸੀ ਆ, ਤਾਂ ਬਾਕੀ ਉੱਥੇ ਜੁਲਸਾਂ, ਤਾਂ ਫਿਰ ਸਾਂ ਚੱਕ ਕਰਾਂ ਕਿ ਅੱਜ ਅਸਾਂ ਅੱਛਾ ਕਿ ਜਾ ਸੀ ਆ। ਇਸਨੇ ਨਾਲ ਗਿਆ ਬਟਲੀ ਹੈ, ਰਾਸਤੇ ਵਿੱਚ ਜਾਣੀ ਛਤਰੋ ਰੋਡ, ਉਸ ਰੋਡਾ ਅਸਾਂ ਨਾ ਗਏ, ਪਰ ਅਸਾਂ ਦੂਸਰੀ ਰੋਡਾ ਪਰ ਆਏ ਹਾਂ। ਇੱਥੇ ਅਸਾਂ ਇੱਕ ਗੇਟ ਛੋੜਿਆ ਸੀ, ਅੱਗੇ ਇੱਕ ਹੋਰ ਗੇਟ ਆਈ ਗਿਆ, ਉਹ ਖੁਲਾਉਣਾ ਪਏ ਸੀ, ਉਹ ਸਾ ਖੁੱਲਣ ਨਹੀਂ ਗਿਆ, ਉਹ ਖੁਲਵਾਉਣਾ ਪਏ ਸੀ। ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰਾ ਗਰਾਂ ਆ ਜੀ। ਹਾਏ ਹਾਏ ਦਿਲ ਕਰਨਾ ਇੱਥੇ ਟਿਕਾ ਰਹਾ, ਰੱਖੀ ਗਏ ਸਨ ਉਹ ਸੁੱਕੀ ਬੂਟੀ ਪੱਟਣਾ ਪਿਆ ਸੀ, ਨੀਲੀ ਪੱਟੀ ਵੀ ਬਣੀ ਆ ਉਸ ਵੇਲੇ ਉਸ ਫਾਈਨਲੀ ਇਸ ਵੇਲੇ ਪਹੁੰਚੀ ਆਏ ਜੀ ਅਸਾਂ ਗੇਡਾ ਨੇ ਅੱਪਰ। ਅਸਲਾਮੁ ਅਲੈਕੁਮ ਰਹਿਮਤੁਲਲਾ ਪ੍ਰੋਫੈਸਰ ਤਾਹਿਰ ਅਬਾਸ ਉਹਨਾਂ ਨੇ ਘਰ ਇਸ ਵੇਲੇ ਅਸਾਂ ਪਹੁੰਚੀ ਆਏ ਹਾਂ। ਨਿੱਕਾ ਚਾਬੀਆਂ ਕਿ ਤਾਂ ਗੇਅਰ ਖੁਸ਼ੀ ਆ, ਤਾਂ ਫਿਰ ਅਸਾਂ ਅਸਾਂ ਕਿ ਅੰਦਰ ਨਾ ਵਿਊ ਚੈੱਕ ਕਰਾ ਸਾਂ ਜੀ। ਗੇਅਰ ਸੋ ਨਿਕਲੀ ਤਾਂ ਅਸਾਂ ਅੱਗੇ ਆਏ ਹਾਂ। ਇਹ ਮਾਸ਼ਾਅੱਲਾ ਅਸਾਂ ਚੈੱਕ ਕਰੋ ਜੀ, ਬਾਗ ਬਾਗ ਹੀ ਮਾਟੀਆਂ ਨੇ, ਬੂਟੇ ਅਮਰੂਦਾਂ ਨੇ, ਸੇਬਾਂ ਨੇ, ਅੰਬਾਂ ਨੇ,
ਔਰ ਕਾਫੀ ਫਲਾਂ ਨੇ ਬੂਟੇ ਥੱਲੇ ਮਲੋਕ ਮਾਸ਼ਾਅੱਲਾ ਮਾਸ਼ਾਅੱਲਾ ਰਖਮਾਨੀਆਂ ਹੋਰ ਜਿਹੜਾ ਫਲ ਹੈ ਜੇ ਜਾ ਸਾਂ ਫਲ ਲੋਸਾਂ ਉਸਾਂ ਕਿੱਥੋਂ ਮਿਲਸੀ ਆ ਉਸਨਾਂ ਬੂਟਾ ਕੁਝ ਬੂਟੇ ਇੰਨਾ ਨਵੇਂ ਨਵੇਂ ਲਾਏ ਇਹਦਾ ਉਸਾਂ ਚੱਕ ਕਰੋ ਜੀ ਅੰਜੀਰ ਨਾਲ ਬੂਟਾ ਅੰਜੀਰ ਨੇ ਬੂਟੇ ਨਾਲ ਵੀ ਅੰਜੀਰ ਲਗੇ ਤਾਂ ਮਾਸ਼ਾਅੱਲਾ ਬਾਗ ਨਹੀਂ ਫੁੱਲ ਇੰਨਾ ਦੇਖਭਾਲ ਕੀਤੀ ਆ ਉਸਨੀ ਸਫਾਈ ਕੀਤੀ ਆ ਤਾਂ ਬਾਕੀ ਕਿਹਾ ਪਿੱਛਾ ਸਾਂ ਤੱਕੀ ਕਿਨੋ ਇਲਾਕੇ ਏਰੀਆ ਨਹੀਂ ਸੂਰਤ ਹਾਲ ਕਿਆ ਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰਾ ਵਿਊ ਹੈ ਜੀ ਫਾਈਨਲੀ ਅਸਾਂ ਉਸ ਜਗ੍ਹਾ ਪਹੁੰਚੇ ਹਾਂ ਜਿੱਥੇ ਅੱਜ ਅਸਾਂ ਅਚਣਾ ਸੀ ਇਰਾਦਾ ਕੀਤਾ ਹੋਇਆ ਸੀ ਆ ਨੌ ਗਜ਼ੀ ਕਬਰ ਨੇ ਬਾਰੇ ਤੁਸਾਂ ਅਕਸਰ ਸੁਣਤਾ ਹੋ ਸੀ ਆ ਪਰ ਤੁਸਾਂ ਤੱਕੀ ਘੱਟ ਹੀ ਹੋ ਸੀ ਆ ਅੱਜ ਅਸਾਂ ਇੱਥੇ ਆਏ ਹਾਂ ਅਣਕਰ ਬਚਲਾ ਕਰਾ ਇਹ ਅਸਾਂ ਕਿ ਨੌ ਗਜ਼ੀ ਕਬਰ ਚੱਕ ਕਰਾਉਣ ਵਾਸਤੇ ਇਹ ਪੂਰੇ ਡਿਡਿਆਲੀ ਮਾਰੇ ਹਲੇ ਇਹ ਇੱਕ ਵਾਹ ਦੀ ਕਬਰ ਆ ਨੌ ਗਜ਼ੀ ਮੇ ਵੀ ਹੋਰ ਵੀ ਕੀ ਕਬਰਾਂ ਹੋਣ ਪਰ ਅਸਾਂ ਜੇ ਤੱਕੀ ਆ ਸੁਣਤੀ ਆ ਉਹ ਇਹ ਇੱਕ ਹੈ ਕਬਰ ਹੈ ਇਸ ਕਬਰ ਨੇ ਬਾਰੇ ਕੋਈ ਮਲੂਮਾਤ ਨਹੀਂ ਹੈ ਕਿ ਇਹ ਕਬਰ ਕੁਛ ਨਹੀਂ ਸੀ ਹੈ ਕਿਉਂਕਿ ਇਸਨੇ ਸਾਡਾ ਕੋਈ ਬੋਰਡ ਵੀ ਕੋਈ ਹੈ ਨਾ ਕੋਈ ਪੜ੍ਹੀ ਲੱਗੀ ਵੀ ਹੈ ਸਿਰਫ ਇੱਥੇ ਇਹਦਾ ਦੀਆ ਧੁਖਣਾ ਪਿਆ ਤਾਂ ਬਾਕੀ ਇਹਦਾ ਕੋਈ ਚਾਦਰਾਂ ਸ਼ਾਦਰਾਂ ਹੀ ਆ ਕੋਈ ਬੂਟੇ ਛੂਟੇ ਅਦਾ ਲਗੇ ਨਾਲ ਇੱਥੇ ਕੋਈ ਮੁਕਾਮੀ ਬੰਦਾ ਵੀ ਸੰਗੀ ਕੋਈ ਮਿਲਿਆ ਜਿਸ ਵੇਲੇ ਅਸਾਂ ਇਸ ਬਾਰੇ ਮਲੂਮਾਤ ਕਿੰਨਾ ਆ ਅਣਕਰ ਬਚਲਾ ਅਖੜਾ ਅਸਾਂ ਆਏ ਹਾਂ ਆਪਣੇ ਮਾਵੇਂ ਨਾਲ ਨਾ ਮਿਲਾਂ ਇਹ ਕਿਸ ਹੈ ਸਗਾ ਅਸਲਾਮ ਵਾਲੇਕਮ ਲਗਣਾ ਡਾੜੀ ਆ ਡੰਡਾ ਚਾਇਆ ਹਣ ਡੰਡਾ ਚਾਇਆ ਤਾਂ ਹੀ ਮੈਂ ਇਹਨਾਂ ਨੂੰ ਤਕਣਾ ਇਕੱਲੇ ਨਹੀਂ ਕਹਿ ਸਕਣਾ ਸਲਾਮ ਨਹੀਂ ਕਰਨਾ ਅਸਾਂ ਮਿਲਣਾ ਹੀ ਨਹੀਂ ਕਹਿ ਕਰਨਾ ਇਹ ਸਲਾਮ ਨਹੀਂ ਕਰਨਾ ਮਾਸ਼ਾਅੱਲਾ ਕਹਿਲਾ ਠੀਕ ਹੋ ਠੀਕ ਠਾਕ ਕਹਿਣਾ ਹੈ ਮਾੜੇ ਚਾਚੇ ਨਾਲ ਚਾਚੇ ਨਾਮ ਸ਼ੋਕਤ ਹੁਸੈਨ ਸ਼ੋਕਤ ਹੁਸੈਨ ਕਿਹ ਜਵਾਸ ਹੋ ਅਣਕਰ ਬਿਚਲਾ ਕੜਾ ਇਹ ਅਣਕਰ ਨਾ ਆਖਰੀ ਦਿਹਾਤ ਗਾਉਂ ਆਖੀ ਸਕਦੇ ਹਾਂ ਕਿਤਨੇ ਘਰ ਇਹ ਸੀ ਇਹਨੇ ਘਰ 30 ਸਾਰੇ ਥਰ ਰਹਿਣੇ ਕੋਣੀ ਇੰਗਲੈਂਡ ਗਏ ਵੇ ਅਮਰੀਕਾ ਵੀ ਗਏ ਵੇ ਯੂਰਪ ਵੀ ਗਏ ਮਤਲਬ ਕੋਈ ਮੁਲਕ ਛੋੜਿਆ ਕੋਣ ਨੇ ਛੋੜਿਆ ਕੋਣ ਨੇ ਤੱਕਿਆ ਹਣੇ ਉਹ ਸਾਰੇ ਘਰ ਬੰਦ ਹੀ ਏ ਕੁਝ ਖੁੱਲੇ ਵੇ ਸਾਰੇ ਬੰਦ ਨਹੀਂ ਕੋਈ ਖੁੱਲੇ ਰਹਿਣੇ ਤਾਂ ਮਾਸ਼ਾਅੱਲਾ ਤੱਕਿਆ ਇੱਥੇ ਬੰਦਿਆਂ ਲੋਕਾਂ ਬਾਗ ਵੀ ਮਾਸ਼ਾਅੱਲਾ ਕਾਫੀ ਖੂਬਸੂਰਤ ਲਾਏ ਇੰਟਰਸਟ ਰੱਖਣੇ ਬਾਗਾਂ ਨਾਲ ਵੀ ਤੂੰ 30 ਸਾਲ ਪਹਿਲੇ ਆਇਆ ਸੀ ਪਤਾ ਨਹੀਂ ਯਾਦ ਹੀ ਜੀ ਯਾਦ ਹੈ ਯਾਦ ਹੀ ਤਾਂ ਅਸਾਂ ਪਿੱਛਾ ਤੱਕਣੇ ਆ ਕਿ ਅਸਾਂ ਕੀ ਨਜ਼ਰ ਚ ਨਹੀਂ ਆਇਆ ਨੌ ਗਜ਼ੀ ਕਬਰ ਇਸ ਕਬਰ ਨੇ ਬਾਰੇ ਕੀ ਮਲੂਮਾਤ ਹੋਇਆ ਸੀ ਮਲੂਮਾਤ ਮਾੜੀ ਉਮਰ ਪਹਿਲੇ ਨਹੀਂ ਮੈਂ ਕਹਿੰਦੀ ਮਲੂਮਾਤ ਦੱਸਾਂ ਜਿਹੜੀ ਸਾਂ ਬੁੱਝੀ ਹੈ ਤੇ ਬਾਬਾ ਇੱਥੇ ਆਏ ਤੇ ਦੁਆ ਮੰਗੋ ਇੱਥੇ ਕਮਯਾਬੀ ਹੋ ਜਾਣੀ ਜਿਹੜੀ ਦੁਆ ਮੰਗੋ ਤਾਂ ਉਹਨਾਂ ਬਜ਼ੁਰਗਾਂ ਉਹਨਾਂ ਬਾਵੇਂ ਬਾਰੇ ਕੋਈ ਇਤਨੀ ਸਟੋਰੀ ਕੋਈ ਪਤਾ ਹੋਣੀ ਕਹਿ ਦੀਏ ਸਾਨੂੰ ਅੱਛਾ ਇਹ ਬਾਵਾ ਕਿ ਕਬਰ ਇੱਕਾ ਬੰਦੇ ਨਹੀਂ ਹੈ ਕੋਈ ਮਿਸਟਰ ਕਾ ਕਹਿ ਨਹੀਂ ਹੈ ਛੋ ਨਹੀਂ ਹੈ ਦੱਸਣ ਨਹੀਂ ਹੈ ਕੋਈ ਪਤਾ ਨਹੀਂ ਲੇਕਿਨ ਅਸਾਂ ਕਿਹਾ ਵੀ ਮਿਲਣੀ ਬਾਕੀ ਨੇ ਪਤਾ ਨਹੀਂ ਅਸਾਂ ਜੇ ਦੁਆ ਮੰਗੀ ਉਹ ਕਬੂਲ ਹੋਈ ਹੈ ਠੀਕ ਹੈ ਮਾਸ਼ਾਅੱਲਾ ਹਵਾ ਜੇ ਇਹਨੇ ਇਹ ਤਾਂ ਕਰੋ ਇਹ ਬਾਕੀ ਨੇ ਆਦਮੀ ਆਪਣੀ ਅਕੀਦਾ ਆ ਮੰਨਣ ਜਾਣਾ ਮੰਨਣ ਜ਼ਰਾ ਹਰ ਬੰਦੇ ਨੇ ਆਪਣੀ ਸੋਚ ਹੈ ਠੀਕ ਹੈ ਮਾਸ਼ਾਅੱਲਾ ਬਾਕੀ ਕਦੋਂ ਤਿਆਰੀ ਹੈ ਸ਼ਾਦੀ ਹੋਈ ਆ ਬੱਚੇ ਨੇ ਤੁਸੀਂ ਅਸਾਂ ਸੱਦਿਆ ਕਰੀ ਆ ਸ਼ਾਦੀ ਅੱਛੀ ਹੋਣਾ ਕਰੀ ਬਣਾਉਣਾ ਫਿਲਮ ਸਰ ਸੱਦਿਆ ਗੱਲ ਤਾਂ ਕੁਥੋਂ ਅੱਛਾ ਸੱਦਿਆ ਨੂੰ ਕੁਛ ਨਹੀਂ ਉਹ 300 ਰੁਪਏ ਪਹਿਲੇ ਲੈ ਗਏ ਇਸ ਦਾ ਮਤਲਬ ਹੈ ਕਿ ਇੱਥੇ ਅੱਛੀ ਡੰਡੇ ਅਸਾਂ ਖਾਵਾਂ ਆਈ ਜਾਣ ਸਕਦਾ ਉਸ ਤੋਂ ਕੋ ਜੀ ਸਾਡੇ ਅੰਕਲ ਨਾਲ ਪਿਆਰ ਇਹ ਆਣੇ ਸਾਂ ਸਦਰ ਆਈ ਜਾਓ ਸਾਂ ਸਦਰ ਦੀ ਜ਼ਰੂਰਤ ਕਰੀ ਸੀ ਹੈ ਅਸਾਂ ਕੀ ਚਾਚੇ ਨਾਲ ਜੁਲਿਆ ਜੀ ਆਪਣੇ ਘਰ ਕੋਈ ਬਾਵਾ ਵਾਲੇ ਉਹ ਨਾਮ ਲਾਸਨ ਹੈ ਇਹ ਪਤਾ ਨਹੀਂ ਬਾਵਾ ਕਿਹੜੇ ਬਾਵੇ ਨੂੰ ਕੋਈ ਤਾਰਫ ਕਰੀ ਰੋਣ ਜੀ ਇਹਨਾਂ ਦਾ ਕਾਲਜ ਦੇ ਨੀਚੇ ਅੱਜ ਤੱਕ ਰੰਗ ਤਾਜ਼ੇ ਹੋਏ ਪਾਣੀ ਨਾਲ ਸੱਦਿਆ ਨਹੀਂ ਸ਼ਾਦੀ ਫਿਰ ਅਸਾਂ ਕੀ ਅਸਾਂ ਆਪਣੇ ਚਾਚੂ ਰਾਣੀ ਘਰ ਪੁੱਛੀ ਹੈ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਇਹਨਾਂ ਦਾ ਕਾਲਜ ਪੁਰਾਣੀ ਹਵੇਲੀ ਹੈ ਤੱਕੜ ਨਾਮ ਲਿਆ ਜੀ ਮੁਹੰਮਦ ਰਫਾਕਤ ਮੁਹੰਮਦ ਬਿਸ਼ਾਰਤ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰੇ ਘਰ ਹੈ ਸਮਝਦਾ ਰੱਖਿਆ ਹੋਇਆ ਜਿਸਨੇ ਤਾਂ ਬਾਕੀ ਇਸ ਵੇਲੇ ਸਾਡੇ ਨਾਲ ਅੰਕਲ ਵੀ ਮੌਜੂਦ ਹੈ ਅਸਲਾਮ ਵਾਲੇਕਮ ਸ਼ੁਕਰੀਆ ਜੀ ਕਿਆ ਨਾਮ ਹੈ ਮਾੜੇ ਅੰਕਲ ਦਾ ਮਾੜਾ ਨਾਮ ਅਕਰਾਮਤ ਹੈ ਜੀ ਮਾਜੇ ਦਾ ਨਾਮ
ਠੀਕ ਹੈ ਯਾਰ, ਕਿਆ ਉਮਰ ਹੈ ਸੋਹਣੀ? ਸਹੀ ਉਮਰ ਹੀ ਇੰਨਾ ਹੈ, 92 ਸਾਲ ਦੀ। 92 ਸਾਲ, ਆਲਮੋਸਟ ਹੀ 100। ਇਨਸ਼ਾ ਅੱਲਾ, ਅੱਲਾ ਖੈਰ ਕਿਸੇ ਨਾਲ, ਅੱਲਾ ਤਾਂ ਕਹਿ ਚੁੱਕੇ ਸੀ ਮਤਲਬ। ਠੀਕ ਹੈ ਯਾਰ, ਤਾਂ ਪਿੱਛੇ ਅਸਾਂ ਤੱਕੀ ਆਈ ਅਸਲ 'ਚ ਇਸ ਬਾਰੇ 'ਚ ਮੁਕਤ ਤਕਵੀਰ ਜੀ, ਮੈਂ ਉੱਥੇ ਤਸਵੀਰ ਨਾਲ ਜਾਣ ਚਾਹੁੰਦਾ ਉਸਨੇ ਬਾਰੇ 'ਚ, ਲੇਕਿਨ ਇੱਕ ਚੀਜ਼ ਤਾਂ ਹੈ ਕਿ ਅੱਜ ਸੋਹਣੀ ਨੋਟ ਕੀਤਾ, ਉਹਨਾਂ ਨਜ਼ਰ ਨਹੀਂ ਆਈ ਮੇਰੀ, ਇੱਕ ਤਾਂ ਗਿਆ ਨਹੀਂ ਮੈਂ ਹੁਣ ਉੱਥੇ, ਇੱਕ ਐਸਾ ਪੁੱਤ 'ਚ ਲੱਗਾ ਉਹਦੇ ਜਿਸ ਕੀ ਅਸਾਂ ਹੁਣ ਨਾ ਬਾਸ਼ਣ ਪੱਥਰ ਪਏ ਨਪਰ ਉਹ ਖਤਮ ਹੋ ਗਏ, ਲੇਕਿਨ ਅੰਗੂਠੇ ਨਿਸ਼ਾਨ ਬੜੇ ਡੂੰਘੇ ਸਨ। ਤੇ ਤੀਸਰੀ ਚੀਜ਼ ਹੈ ਕਿ ਮੈਂ ਅਦਮਾਸ਼ ਹੈ ਕੀਤੀ, ਸਾਡੇ ਬਜ਼ੁਰਗ ਇਹਨਾਂ ਨੇ ਵੱਧਦਾ ਫੌਤ ਹੋ ਗਏ ਨੇ, ਉਹ ਹਮੇਸ਼ਾ ਜਮਰਾਤ ਦੇ ਕੇ ਦੀਵਾ ਬਾਲ ਲੈਣ ਔਰ ਹਲਵਾ ਬਣਾਏ ਬੇਚਦੇ ਨੇ। ਮੈਂ ਪ੍ਰੋਪਰ ਮਕਾਨ ਮੇਰਾ, ਅਸਾਂ ਨਮਾਜ਼ ਪੜ੍ਹਨ ਵਾਸਤੇ ਮਸਲਾ ਟੰਗਿਆ ਉਹਦਾ ਦੀਵਾਰ ਲੱਗਦੀ ਹੈ, ਅਮਨ ਉਹਨਾਂ ਦੀ ਦੀਵਾਰ ਵੀਹ ਵਜੇ ਨਾਲ ਸੀ ਜਨਾਬ, ਉੱਥੇ ਜਿਹੜੀ ਮੱਖੀਆਂ ਨਹੀਂ ਮੱਖੀਆਂ ਨਹੀਂ ਆਪਣੀ ਤੰਬੂੜੀ ਤੰਬੂੜੀਆਂ ਜਨਾਬ ਇੱਥੇ ਇਕੱਠੀਆਂ ਜਿਹੜਾ ਕਿਤਾਬ ਬਣਾ ਜੀ, ਆ ਗਿਆ ਉੱਥੇ ਮਸਲਾ ਅੱਲਾ ਨਮਾਜ਼ ਪੜ੍ਹਨਾ, ਇਹ ਤਾਂ ਧੂਣੀ ਤੂੜੀ ਹੈ। ਦੋ ਦਿਨ ਦੀਆਂ ਵਾਕਿਆ ਹੋਇਆ, ਇਹਨੇ ਅਸੀਂ ਦੱਸਿਆ ਵੀ ਆਹ ਗੱਲ ਹੋ ਗਈ ਹੈ, ਆਹਲੇ ਫਿਕਰ ਨਾ ਕਰੋ, ਇਹਨਾਂ ਨਾ ਹਲਵਾ ਬਣਾਇਆ, ਦੁਆ ਮੰਗੀ ਗੇ ਬਣਨ ਵਾਸਤੇ, ਯਕੀਨ ਕਰਿਆ ਜੀ ਉਹ ਤੰਬੂੜੀ ਖਤਮ ਹੋ ਗਈ ਜੀ, ਨਹੀਂ ਨਜ਼ਰ ਆਈ ਬਿਲਕੁਲ ਜੀ, ਮੇਰੀ ਯਕੀਨ ਹੋ ਗਿਆ ਵਾਕਿਆ ਗਸਤੀ ਇਹ ਆ ਗਸਤੀ ਆ ਜਿਹੜਾ ਕਿ ਦੋ ਦਫ਼ਾ ਸਾਡਾ ਵਾਕਿਆ ਹੋ ਚੁੱਕਾ, ਤੇਈ ਦਫ਼ਾ ਜਦੋਂ ਗੇ ਦੁਆ ਮੰਗੀ ਨੇ ਨਜ਼ਰ ਨਹੀਂ ਆਈ ਤੂੜੀ ਬਿਲਕੁਲ ਉੱਥੇ ਜੀ, ਖਤਮ ਹੋਈ ਆ ਸਾਰੀਆਂ, ਖਤਮ ਹੋ ਗਿਆ ਬਿਲਕੁਲ ਜੀ। ਠੀਕ ਹੈ, ਅਤੇ ਉਸ ਤੋਂ ਬਾਅਦ ਸਾਡੇ ਆਪਣੇ ਬਜ਼ੁਰਗ ਨੂੰ ਇੱਕ ਤਰ੍ਹਾਂ ਸੁਣਿਆ, ਉਹਨਾਂ ਕੋਟਲੀ ਆਗਾਰ ਜੀ ਵਾਲੇ, ਉਹਨਾਂ ਕਈ ਦਫ਼ਾ ਫਰਮਾਇਆ ਉਹ ਪੈਸੇ ਦੇ ਦਿਉਣਾ ਕਿ ਉਹਨਾਂ ਪਹਿਲੇ ਜਗ੍ਹਾ ਕਿ ਉਸਦੀ ਮੁਕੰਮਲ ਕਰੋ, ਉੱਥੇ ਉਹ ਤੱਕ ਨਾ ਦਿਓ ਪੈਸੇ, ਹਾਂਜੀ ਚਾਹੀਦੇ ਜੋ ਆਦਮੀ ਕਬਰ ਬਣੀ ਗਏ ਮਜ਼ਾਰ ਕਿ ਮੁਰੰਮਤ ਕਰੋ। ਤਾਂ ਸੁਲੇਮਾਨ ਹਾਜੀ ਸਾਹਿਬ ਉਹ ਗਏ ਨੇ, ਉਹਨੂੰ ਦੀਵਾਰ ਵਿੱਚ ਚਾਹੀਦੀ ਅੱਗੇ ਜੀ, ਅਤੇ ਉਹ ਬਣਾਈ ਵੀ ਬਣਾਈ ਸੀ ਮੁਰਿਮ, ਅਤੇ ਪਹਿਲੇ ਛੋਟੇ ਜੰਡ ਹੋਣੀ ਸੀ ਇੱਥੇ ਬੈਰ ਖਾਈ ਦੇ ਪੱਜੇ ਗਏ, ਲੇਕਿਨ ਨਿਸ਼ਾਨ ਮੈਂ ਤੱਕਿਆ ਹੋਇਆ ਆਪਾਂ ਖੁਦ ਹੀ, ਹੁਣ ਪਤਾ ਨਹੀਂ ਹੈ ਜੀ ਨਹੀਂ ਇੱਥੇ ਕੀ ਪਤਾ ਸਮਝਾਉਣ ਲੱਗੇ ਗੇਟੋਂ ਦਾ ਪਤਾ ਥਿਆ ਉਹ, ਤਾਂ ਤੁਸਾਂ ਇੱਕ ਬੜੀ ਸਾਹਿਬ ਤੱਕੀ ਆ ਇਸ ਤੱਕੀ ਬਿਲਕੁਲ ਜੀ, ਕੱਚੀ ਕਬਰ ਪੱਕੀ ਆ ਨਹੀਂ ਹੁਣ ਪੱਕੀ ਕਰੀ ਨੇ, ਪਹਿਲੇ ਕੱਚੀ ਬਿਲਕੁਲ ਜੀ, ਜੰਡ ਹੋਣੀ ਸੀ ਜੰਡ ਜੰਡ ਸੀ ਆਪਣਾ, ਲੇਕਿਨ ਬੈਡ ਕੱਚੀ ਸੀ ਬਿਲਕੁਲ ਜੀ, ਮੀਨ ਕਿ ਕਾਫੀ ਜ਼ਿਆਦਾ ਪੁਰਾਣੀ ਕਬਰ, ਮਤਲਬ ਹੈ ਕਿ ਮਾੜੀ ਉਮਰ 92 ਸਾਲ ਹੋ ਗਈ ਜੀ, ਅਗਰ ਇਸ ਪਹਿਲੇ ਲਈ ਹੈ ਜੀ ਸਾਡੇ ਬਜ਼ੁਰਗ ਵੀ ਆਉਣੇ ਆਪਾਂ ਤੱਕ ਇਹ ਕਰ ਰਹੇ, ਬੜੇ ਪੁਰਾਣੀ ਇੱਕ ਵਾਰ ਕੋਈ ਨਾ ਬਜ਼ੁਰਗਾਂ ਵਾਲੀ ਔਲ ਮਲ ਮਾਤ ਕੋਈ ਇਲਮ, ਮੈਂ ਹੁਣ ਤਫਤੀਸ਼ ਦਾ ਜਾਂਚ ਕਿਉਂਕਿ ਇਸ ਨੇ ਮੁਖਤਲਿਫ ਮਜ਼ਮੂਆਂ ਦੇ ਲੋਕਾਂ ਨੇ ਬਿਆਨ ਕੀਤੇ ਨੇ, ਹੁਣ ਕਦੇ ਕੋਈ ਪਤਾ ਨਿਕਲ ਜਾਏਗੀ ਕਿ ਸਹੀ ਹੈ ਕਿਹੜੀ ਗੱਲ ਦਾ, ਲੇਕਿਨ ਇਹ ਹੈ ਕਿ ਇਤਰਾਮ ਜ਼ਰੂਰ ਕਰਨਾ ਜੀ ਇਹਨਾਂ ਨੇ, ਇਹ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿਉਂਕਿ ਮੇਰੇ ਤਾਂ ਆਪਣੇ ਇਸਤੇਮਾਲ ਹੋਈ ਆ, ਉਹ ਮੈਂ ਖੁਦ ਕੀਤੀ ਤੱਕੀ ਆ, ਇਹ ਵਾਕਈ ਬਈ ਅੱਛੀ ਹੈ। ਔਰ ਜਿਹੜੇ ਨਿਸ਼ਾਨ ਨਹੀਂ ਲੱਗੇ ਅੰਗੂਠਿਆਂ ਨੇ, ਅਸਲ 'ਚ ਮੈਂ ਚਾਹੁੰਦਾ ਸਾਂ ਇਹਨਾਂ ਅੰਗੂਠਿਆਂ ਕਿ ਮੈਂ ਕਹੀ ਇਸ ਜਗ੍ਹਾ ਤੋਂ ਇੰਗਲੈਂਡ ਦੀ, ਉਹ 'ਚ ਬੜੀ ਸਰਚ ਕਰ ਲੈਣਾ ਚੀਜ਼ਾਂ ਕਿ ਕਿਹੜੀ ਚੀਜ਼ ਸੀ, ਕਿੱਦਾਂ ਤਾਂ ਹੋ ਗਿਆ ਸੀ ਹੋਏ, ਲੇਕਿਨ ਫਿਰ ਮੈਂ ਸੋਚਿਆ ਕਿ ਨਹੀਂ ਇੱਥੋਂ ਉਠਾਉਣਾ ਮੁਨਾਸਬ ਨਹੀਂ ਆ ਜੀ, ਚੰਗਾ ਨਹੀਂ ਆ ਮੁਨਾਸਬ ਨਹੀਂ ਆ ਜੀ। ਤਾਂ ਬਾਕੀ ਆਪਣੇ ਕੋਈ ਗ੍ਰਹਿਣੇ ਤਾਰੀਖ ਸਾਨੂੰ ਨਾਮ ਸਾਹਿਬ ਜਾਂ ਕੈਸੀ ਅੱਲਾ ਦਾ ਫਰਲਾ ਜੀ, ਸਾਰਾ ਗ੍ਰਹਿ ਜਿਹੜਾ ਤਕਰੀਬਨ ਮੇਰੇ ਖਿਆਲ ਮੇਰੇ ਹਿਸਾਬ ਜੀ 32 ਕਰਨਾ ਜੀ, ਤਾਂ ਜੀ ਅਤੇ 32 ਗਾਂ 'ਚੋਂ ਅਸਾਂ ਆਏ ਹਾਂ, 2 ਫੈਮਲੀਆਂ ਇੱਥੇ, ਠੀਕ ਅਤੇ ਸਾਰੀਆਂ 2 ਬੀਬੀਆਂ ਰਹਿ ਗਈਆਂ ਇੱਥੇ, ਇੱਕ ਨੱਕੇ ਪਰ ਮਾਮੂ ਦਾ ਆਪਣਾ ਫਾਲੂ ਆਪਣਾ ਦਾਊ ਤਾਂ ਮੁਕਾਉਣਾ ਇੱਥੇ ਤੱਕਿਆ, ਇੱਕ ਬੱਚੀ ਰਹਿਣੀ ਹੈ, ਬਾਕੀ ਸਾਰੇ ਬਾਹਰ ਰਿਹਾ ਗਏ ਨੇ, ਮੁਕਾਮੀ ਬੰਦਾ ਕੋਈ ਨਹੀਂ ਆ, ਮੁਕਾਮੀ ਬੰਦਾ ਕੋਈ ਦੋ ਰਹਿਣੇ ਜੀ, ਇੱਕ ਤਾਂ ਕਿਆ ਪੋਜੀਸ਼ਨ ਹੈ ਕੋਈ, ਬਾਕੀ ਸਾਰੇ ਬੰਦ ਹੀ ਹੈ,
ਜਿਸ ਤਰ੍ਹਾਂ ਉਹ ਸਾਰੇ ਸਾਰੇ ਆਪਣੇ ਨੇ ਜੀ, ਕੋਈ ਬਾਰਿਸ਼ ਆਦਿ ਨਹੀਂ ਹੈ। ਅਲਬਤਾ ਤਖਤੀ ਦੀਆਂ ਜ਼ਮੀਨਾਂ ਜ਼ਰੂਰ ਬਾਰੇ ਨਾ ਕਰੋ, ਲੇਕਿਨ ਬੇਚੀ ਕੋਈ ਤਕਾਂ ਔਰ ਸਾਰੇ ਜਿਹੜੇ ਜਿੱਥੇ ਜ਼ਮੀਨਾਂ ਨਾ ਸਾਰੇ ਜੀ ਮੇਰੇ ਕਾਂ ਤੱਕ ਪੁੱਤੇ ਜੋ ਖਾਦਮ ਬਾਤੇ ਵਾਲੇ ਵਾਲੇ ਕੱਠਿਆਂ ਤੱਕ ਬੰਨੀ ਤੱਕ ਅਨਪੜ੍ਹ ਤੁਰੀ ਤੱਕ ਸਾਰੀ ਆਪਣੀ ਜ਼ਮੀਨ ਸਾਡੀ ਇੱਕ ਵਿਆਹਣੇ ਲੋਕਾਂ ਨੇ। ਸੋ ਫਾਈਨਲੀ ਅਸਾਂ ਉਸ ਜਗ੍ਹਾ ਸੋ ਨਿਕਲਦੇ ਹਾਂ ਅਨਕਰ, ਅਸਾਂ ਕੀ ਦਿੱਤੇ ਜੀ ਮਿੱਠੇ ਚਾਵਲ ਨਿਆਜ਼ ਵਾਲੇ। ਬਾਕੀ ਆ ਮਾਸ਼ਾ ਅੱਲਾਹ ਅਸਾਂ ਚੱਕ ਕਰੋ ਜੀ, ਬਹੁਤ ਹੀ ਖੂਬਸੂਰਤ ਬੰਗਲੇ, ਪਿਆਰੇ ਬੰਗਲੇ, ਮਾਸ਼ਾ ਅੱਲਾਹ। ਮੈਂ ਕਿਹਾ ਇਹ ਬਾਤ ਹੈ ਜੀ ਨਾ ਬੰਗਲਿਆਂ ਨੇ। ਅਸਾਂ ਉਹਨਾਂ ਵਾਪਸ ਜਾ ਰਹੇ ਘਰਾਂ ਦੀ ਤਰਫ, ਸਾ ਟੂਰ ਉਹਨਾਂ ਉਸ ਜਾਣਾ ਵੀ ਆ। ਇਸ ਗ੍ਰਾਂਟ ਤਕਰੀਬਨ ਆਲਮੋਸਟ ਕਾਰ ਜਿਹੜੇ ਆ ਜੀ ਉਹ ਜ਼ਿਆਦਾ ਪੁਰਾਣੇ ਨੇ ਕਹਾਣੀ ਹੈ। ਵੀਡੀਓ ਅੱਗੇ ਕਾਫੀ ਲੰਮੀ ਹੈਗੀ ਆ, ਸਾਨੂੰ ਕਿਸਾਨ ਇਜਾਜ਼ਤ। ਅਗਰ ਅੱਜ ਨੇ ਵੀਡੀਓ ਦੌਰਾਨ ਕਿਸੇ ਕਿਸਮ ਦੀ ਗਲਤੀ ਕੀਤੀ ਹੈ ਤਾਂ ਮਾਫ਼ ਕਰਿਆ, ਤਾਂ ਬਹੁਤ ਜ਼ਿਆਦਾ ਸਾਡੀ ਖਿਦਮਤ ਇੱਕ ਨਵੀਂ ਵੀਡੀਓ ਹਾਜ਼ਰ ਹੋ ਸਕਾਂ। ਤਦ ਤੱਕ ਦੱਸੋ ਇਜਾਜ਼ਤ, ਸੀਮਾਨ ਅੱਲਾਹ।